ਭਾਰਤੀ ਫੌਜ ਅੱਜ ਆਪਣਾ 75ਵਾਂ ਥਲ ਸੈਨਾ ਦਿਵਸ ਮਨਾ ਰਹੀ ਹੈ ਇਸ ਸਬੰਧ ਵਿੱਚ ਮੁੱਖ ਸਮਾਗਮ ਬੰਗਲੌਰੂਜ ਕੀਤਾ ਜਾ ਰਿਹਾ ਹੈ ਰਾਖਿਆ ਮੰਤਰੀ ਰਾਜਨਾਥ ਸਿੰਘ ਮੁੱਖ ਸਮਾਗਮ 'ਚ ਸ਼ਿਰਕਤ ਕਰਨਗੇ ਇਹ ਪਹਿਲੀ ਵਾਰ ਹੈ ਕਿ ਜਦੋਂ ਮੁੱਖ ਸਮਾਗਮ ਰਾਸ਼ਟਰੀ ਰਾਜਧਾਨੀ ਤੋਂ ਬਾਹਰ ਕੀਤਾ ਜਾ ਰਿਹਾ ਹੈ ਥਲ ਸੈਨਾ ਦਿਵਸ ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਉਪ ਰਾਸ਼ਟਰਪਤੀ ਜਗਦੀਪ ਤਨਖੜ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਫੌਜ ਦੇ ਜਵਾਨਾਂ ਨੂੰ ਵਧਾਈ ਦਿੱਤੀ ਹੈ ਰਾਸ਼ਟਰਪਤੀ ਮੁਰਮੂ ਨੇ ਆਪਣੇ ਸੁਨੇਹੇ 'ਚ ਕਿਹਾ ਅੱਜਨ ਪੜ ਫੌਜ ਦੇ ਜਵਾਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨਦਿਆਂ ਭਾਰਤੀ ਫੌਜ ਦੇ ਜਵਾਨਾਂ ਨੇ ਹਮੇਸ਼ਾ ਸਰਹੱਦਾਂ ਦੀ ਰੱਖਿਅਤ ਵਿੱਚ ਸੰਕਟ ਸਮੇਂ ਵੀ ਸੁਰੱਖਿਆ ਟਾਲਬੋ ਜੋ ਕੰਮ ਕਰਦੇ ਨੇ ਰਾਸ਼ਟਰਪਤੀ ਨੇ ਭਾਰਤੀ ਫੌਜ ਦੇ ਸਾਰੇ ਬਹਾਦਰ ਸੈਨਿਕਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਮੌਕੇ ਸਲਾਮ ਕੀਤਾ ਉਪ ਰਾਸ਼ਟਰਪਤੀ ਜਗਦੀਪ ਤਨਖੜ ਨੇ ਇੱਕ ਟਵੀਟ ਚ ਥਲ ਸੈਨਾ ਦਿਵਸ ਮੌਕੇ ਫੌਜੀ ਜਵਾਨਾਂ ਤੇ ਵੈਟਨਰਸ ਨੂੰ ਵਧਾਈ ਦਿੰਦਿਆਂ ਕਿਹਾ ਕਿ ਰਸ਼ ਉਹਨਾਂ ਦੀ ਨਿਸ਼ਕਾਮ ਸੇਵਾ ਲਈ ਹਮੇਸ਼ਾ ਯਰੀ ਨਹੀਂ ਰਹੇਗਾ ਉਹਨਾਂ ਕਿਹਾ ਕਿ ਭਾਰਤੀ ਫੌਜ ਦੇ ਜਵਾਨਾਂ ਦੀ ਅਦੁੱਤੀ ਬਹਾਦਰੀ ਬੇਅੰਤ ਦ੍ਰੜਤਾ ਤੇ ਕਰਤਵ ਪ੍ਰਤੀ ਸਮਰਪਣ ਭਾਰਤੀ ਸੁਰੱਖਿਆ ਦੀ ਨੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਥਲ ਸੈਨਾ ਦਿਵਸ ਮੌਕੇ ਸਾਰੇ ਫੌਜੀ ਕਰਮੀਆਂ ਵੈਟਨਰਸ ਤੇ ਉਹਨਾਂ ਦੇ ਪਰਿਵਾਰ ਵਧਿਤਿਆ ਨੇ ਇੱਕ ਟਵੀਟ ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਹਰ ਭਾਰਤੀ ਨੂੰ ਸਾਡੀ ਫੌਜ ਤੇ ਮਾਣ ਹੈ ਅਤੇ ਹਰ ਭਾਰਤੀ ਹਮੇਸ਼ਾ ਜਵਾਨਾਂ ਦਾ ਰਿਣੀ ਰਹੇਗਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਹਮੇਸ਼ਾ ਦੇਸ਼ ਨੂੰ ਸੁਰੱਖਿਅਤ ਰੱਖਿਆ ਅਤੇ ਸੰਕਟ ਦੇ ਸਮੇਂ ਵਿੱਚ ਵੀ ਉਹਨਾਂ ਦੀ ਸੇਵਾ ਲਈ ਵਿਆਪਕ ਰੂਪ ਚ ਉਹਨਾਂ ਨੂੰ ਸਨਮਾਨ ਮਿਲਦਾ ਹੈ